ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਦੁੱਖ ਦੇ ਹਿਰਦੇ ਦੇ ਨਾਲ, ਦੁਖੀ ਮਨ ਦੇ ਨਾਲ ਮੈਂ ਅੱਜ ਗੱਲ ਤੁਹਾਡੇ ਸਾਹਮਣੇ ਲੈ ਕੇ ਆਇਆ। ਉਹ ਗੱਲ ਇਹ ਹੈ, ਇੱਕ ਪਾਸੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੜੀ ਵੱਡੀ ਸਮਰੱਥਾ ਵਾਲੀ ਬਾਣੀ, ਤਾਕਤ ਵਾਲੀ ਬਾਣੀ, ਜਿਹਦੇ ਅੰਦਰ ਬੜੇ ਲੌਜਿਕ ਨੇ, ਜ਼ਿੰਦਗੀ ਜਿਹਦੇ ਅੰਦਰ ਛਿਪੀ ਪਈ ਹੈ ਵੀ ਜ਼ਿੰਦਗੀ ਨੂੰ ਸੁਚੱਜੀ ਸੁਖਾਲੀ ਕਿਵੇਂ ਬਣਾਉਣਾ, ਸਾਰੇ ਨੁਕਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨੇ। ਦੂਜੇ ਪਾਸੇ ਕੁਝ ਯਤਨ ਕੀਤਾ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਤੋੜ ਕੇ ਅਤੇ ਮਨਮਤ ਦੀ ਖੱਡ ਦੇ ਅੰਦਰ ਧੱਕਣ ਦਾ, ਧਕੇਲਣ ਦਾ ਯਤਨ ਕੀਤਾ ਜਾ ਰਿਹਾ। ਅਤੇ ਯਤਨ ਕਿਹਨਾਂ ਵੱਲੋਂ ਕੀਤਾ ਜਾ ਰਿਹਾ ਹੈ? ਜਿਨ੍ਹਾਂ ਦੇ ਉੱਤੇ ਸਾਡਾ ਮਨ ਕੁਛ ਨਾ ਕੁਛ ਥੋੜ੍ਹਾ ਬਹੁਤਾ ਬਿਲੀਵ ਕਰਦਾ ਹੈ। ਮੇਰਾ ਮਤਲਬ ਇਹ, ਜਾਂ ਸਟੇਜ ਦੇ ਬੁਲਾਰੇ ਹੋਣ, ਸਾਡੇ ਕਥਾਵਾਚਕ ਸਹਿਬਾਨ ਹੋਣ, ਢਾਡੀ ਸਹਿਬਾਨ ਹੋਣ, ਜਾਂ ਗ੍ਰੰਥੀ ਸਹਿਬਾਨ ਹੋਣ, ਜਾਂ ਫਿਰ ਦੂਸਰੇ ਪਾਸੇ ਪਖੰਡੀ ਸਾਧ ਜਮਾਤ ਹੋਵੇ, ਜਿਨ੍ਹਾਂ ਦੇ ਉੱਤੇ ਤੁਸੀਂ ਥੋੜ੍ਹਾ ਬਹੁਤਾ ਵਿਸ਼ਵਾਸ ਕਰਦੇ ਹੋ, ਉਹਨਾਂ ਦੀਆਂ ਗੱਲਾਂ ਨੂੰ ਤੁਸੀਂ ਮੰਨ ਲੈਂਦੇ ਹੋ। ਹੁਣ ਹੋ ਕੀ ਰਿਹਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਤੋੜ ਕੇ ਅਤੇ ਮਨਮਤ ਵੱਲ ਤੁਹਾਨੂੰ ਧੱਕਿਆ ਜਾ ਰਿਹਾ ਹੈ? ਪਤਾ ਨਹੀਂ ਇਹਦੇ ਪਿੱਛੇ ਚਾਲ ਕੀ ਹੈ, ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆ ਰਹੀ, ਕਿਉਂਕਿ ਮੈਂ ਨਾਂ ਨਹੀਂ ਲੈ ਰਿਹਾ, ਨਾਂ ਲਵਾਂ ਤਾਂ ਲਿਸਟ ਬੜੀ ਲੰਬੀ ਹੁੰਦੀ ਹੈ। ਬਹੁਤ ਸਾਰੇ ਬੁਲਾਰੇ ਗੁਰਬਾਣੀ ਨੂੰ ਡੀਪਲੀ ਜਾਣਦੇ ਨੇ, ਗੁਰਬਾਣੀ ਦੀ ਕੋਮਨ ਸੈਂਸ ਨੂੰ ਜਾਣਦੇ ਨੇ, ਗੁਰਬਾਣੀ ਦੇ ਸਿਧਾਂਤ ਨੂੰ ਜਾਣਦੇ ਨੇ, ਪਰ ਫਿਰ ਵੀ ਉਹ ਜਦੋਂ ਸਟੇਜ 'ਤੇ ਬਹਿੰਦੇ ਨੇ, ਜਿਹੜੀ ਗੱਲ ਕਰਦੇ ਨੇ, ਉਹ ਬੜੇ ਸੁਲਝੇ ਜਿਹੇ ਢੰਗ ਦੇ ਨਾਲ ਗੁਰਬਾਣੀ ਦਾ ਪੜਦਾ ਬਣਾ ਕੇ, ਗੁਰਬਾਣੀ ਦਾ ਆਸਰਾ ਲੈ ਕੇ ਅਤੇ ਤੁਹਾਨੂੰ ਇਮੋਸ਼ਨਲ ਜਿਹਾ ਕਰਕੇ ਮਨਮਤ ਤੁਹਾਡੇ ਮਨਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਗੁਰਬਾਣੀ ਦੇ ਅੰਦਰ ਵਾਰ 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 ਮਾਲਾ ਦਾ ਖੰਡਨ ਕੀਤਾ ਗਿਆ, ਪਰ ਸਟੇਜ ਦੇ ਉੱਤੇ ਬਹਿ ਕੇ ਇੱਕ ਬੁਲਾਰਾ ਸ਼ਰੇਆਮ ਤੁਹਾਨੂੰ ਹੱਥ ਵਿੱਚ ਮਾਲਾ ਫੜ ਕੇ ਜਪਣ ਵਾਸਤੇ ਤਾਕੀਦ ਕਰਦਾ ਨਜ਼ਰ ਆ ਰਿਹਾ ਹੈ। ਦੂਜੀ ਗੱਲ, ਬਹੁਤ ਸਾਰੇ ਪਖੰਡੀ ਸਾਧਾਂ ਦੇ ਡੇਰਿਆਂ ਦੇ ਅੰਦਰ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਹੱਥ ਦੇ ਅੰਦਰ ਮਾਲਾ ਤੁਹਾਨੂੰ ਪ੍ਰਸ਼ਾਦ ਵਜੋਂ ਹੀ ਦਿੱਤੀ ਜਾਂਦੀ ਹੈ, ਆਲੋ ਜੀ ਮਾਲਾ ਅਤੇ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ। ਪਤਾ ਨਹੀਂ ਕਿਉਂ ਤੋੜਿਆ ਜਾ ਰਿਹਾ ਹੈ, ਗੁਰਬਾਣੀ ਦੇ ਨਾਲ ਕਿਉਂ ਨਹੀਂ ਜੋੜਿਆ ਜਾ ਰਿਹਾ? ਮੈਂ ਤਾਂ ਪਿੱਛੇ ਜੇ ਇੱਕ ਵੀਡੀਓ ਵੇਖੀ ਅਤੇ ਵੀਡੀਓ ਵੇਖ ਕੇ ਮੈਂ ਹੈਰਾਨ ਹੋਇਆ। ਸਰੂਪ ਹੈ ਜਿਹੜਾ ਦਮਾਲਾ ਬੱਧਾ ਹੈ, ਨੀਲੇ ਰੰਗ ਦਾ ਦਮਾਲਾ ਹੈ, ਚਿੱਟਾ ਚੋਲਾ ਹੈ, ਖੁੱਲ੍ਹਾ ਦਾੜਾ ਹੈ, ਬੜਾ ਪ੍ਰਭਾਵਿਤ ਚਿਹਰੇ ਮੋਹਰੇ ਵਾਲਾ ਇੱਕ ਸਿੱਖ। ਔਰ ਮੈਂ ਚਲੋ ਇੱਥੇ ਰੁਕ ਕੇ ਇੱਕ ਗੱਲ ਕਰ ਹੀ ਦਿਆਂ, ਗੱਲ ਸਰੂਪ ਦੀ ਨਹੀਂ ਹੁੰਦੀ, ਸਰੂਪ ਦੀ ਗੱਲ ਜੇ ਲਈਏ, ਦਾੜੀ ਦੀ ਗੱਲ ਲਈਏ, ਮੁੱਛਾਂ ਦੀ ਗੱਲ ਲਈਏ, ਕਈਆਂ ਗੋਰਿਆਂ ਨੇ, ਕਾਲਿਆਂ ਨੇ, ਗੈਰ ਸਿੱਖਾਂ ਨੇ ਸ਼ੌਂਕ ਵਜੋਂ ਦਾੜੀ ਅਤੇ ਮੁੱਛਾਂ ਰੱਖੀਆਂ ਹੁੰਦੀਆਂ ਨੇ। ਗੱਲ ਸਰੂਪ ਦੀ ਨਹੀਂ ਹੈ, ਗੱਲ ਕੱਪੜੇ ਦੀ ਨਹੀਂ ਹੈ, ਗੱਲ ਪਹਿਰਾਵੇ ਦੀ ਨਹੀਂ ਹੈ, ਗੱਲ ਤਾਂ ਇਹ ਵੀ ਤੁਹਾਡੀ ਝੋਲੀ ਵਿੱਚ ਉਸ ਪਹਿਰਾਵੇ ਦੇ ਰਾਹੀਂ ਪਰੋਸਿਆ ਕੀ ਜਾ ਰਿਹਾ ਹੈ। ਮੈਂ ਗੱਲ ਕਰ ਰਿਹਾ ਸਾਂ ਵੀ ਦਮਾਲਾ ਬੱਧਾ ਹੈ, ਚਿੱਟਾ ਚੋਲਾ ਪਾਇਆ ਹੈ, ਅਤੇ ਗੱਲ ਕੀ ਕਹਿ ਰਿਹਾ ਹੈ? ਉਹ ਕਹਿੰਦਾ ਜੀ, ਗੁਰੂ ਗੋਬਿੰਦ ਸਿੰਘ ਜੀ ਜਿਹੜਾ ਕਮਰਕੱਸਾ ਰੱਖਦੇ ਸਨ ਨਾ, ਉਹਦੇ ਅੰਦਰ ਹਨੂੰਮਾਨ ਚਾਲੀਸਾ ਹਰ ਵਕਤ ਬੰਨ੍ਹ ਕੇ ਰੱਖਦੇ ਸਨ। ਬੜਾ ਅਫਸੋਸ ਹੋਇਆ, ਹਨੂੰਮਾਨ ਆਪਣੀ ਜਗ੍ਹਾ ਦੇ ਉੱਤੇ ਮੁਬਾਰਕ ਹੈ, ਹਨੂੰਮਾਨ ਨੂੰ ਮੰਨਣ ਵਾਲੇ ਆਪਣੀ ਜਗ੍ਹਾ ਦੇ ਉੱਤੇ ਉਹ ਚੰਗੇ ਨੇ, ਮੰਨਦੇ ਰਹਿਣ, ਉਹ ਅਕੀਦਤ ਰੱਖਦੇ ਰਹਿਣ, ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਵਾਸਤਾ ਨਹੀਂ ਆਉਣਾ ਚਾਹੀਦਾ। ਗੱਲ ਜਿਹੜੀ ਮੈਂ ਕਰ ਰਿਹਾ ਸਾਂ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਨੀਵਾਂ ਵਿਖਾਉਣ ਦਾ ਕੁਝ ਆ ਯਤਨ, ਅਤੇ ਉਹ ਵੀ ਦਮਾਲਾ ਬੰਨ ਕੇ ਅਤੇ ਚਿੱਟਾ ਚੋਲਾ ਪਾ ਕੇ ਕੀਤਾ ਜਾ ਰਿਹਾ ਹੈ, ਵੀ ਕਿਉਂ, ਕਿਸ ਸਾਜਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ? ਗੱਲ ਸਰੂਪ ਦੀ ਨਹੀਂ ਗਈ, ਗੱਲ ਬਾਹਰੀ ਵਿਖਾਵੇ ਦੀ ਨਹੀਂ,
ਗੱਲ ਤੇ ਅੰਦਰ ਸੁਰਤ ਦੀ ਵੀ ਉਹਨਾਂ ਦੀ ਸੁਰਤ ਕਿੱਥੇ ਟਿਕੀ, ਇਹਦੀ ਮੈਂ ਇੱਕ ਉਦਾਹਰਣ ਹੋਰ ਦਿੰਦਾ। ਗੱਲ ਇਹ ਨਹੀਂ ਵੀ ਸੋਨੇ ਦੇ ਭਾਂਡੇ ਦੇ ਅੰਦਰ ਤੁਹਾਡੇ ਵਾਸਤੇ ਭੋਜਨ ਲਿਆਂਦਾ ਗਿਆ ਹੈ, ਸਬਜ਼ੀ ਲਿਆਂਦੀ ਗਈ, ਦੋ ਚਾਰ ਕਟੋਰੀਆਂ ਦੇ ਅੰਦਰ, ਕੌਲੀਆਂ ਦੇ ਅੰਦਰ ਸਬਜ਼ੀ ਪਈ ਹੈ, ਸੋਨੇ ਦਾ ਥਾਲ ਹੈ, ਸੋਨੇ ਦਾ ਚਮਚ ਹੈ, ਸੋਨੇ ਦੇ ਬਰਤਨਾਂ ਦੇ ਅੰਦਰ ਤੁਹਾਡੇ ਲਈ ਜਿਹੜਾ ਪਰੋਸ ਕੇ ਆਇਆ, ਤੁਹਾਡੀ ਭੁੱਖ ਉਹਨੇ ਮਿਟਾਉਣੀ ਹੈ। ਮਤਲਬ ਇਹ ਨਹੀਂ ਹੈ ਵੀ ਭਾਂਡਾ ਸੋਨੇ ਦਾ ਹੈ, ਮਤਲਬ ਇਹ ਹੈ ਵੀ ਉਹਦੇ ਅੰਦਰ ਜੋ ਪਰੋਸ ਕੇ ਤੁਹਾਡੇ ਤੱਕ ਆਇਆ ਉਹ ਸ਼ੁੱਧ ਹੈ, ਖਾਣ ਯੋਗ ਹੈ ਜਾਂ ਨਹੀਂ ਖਾਣ ਯੋਗ। ਹੋ ਸਕਦਾ ਹੈ ਉਹਦੇ ਅੰਦਰ ਜ਼ਹਿਰ ਮਿਲਿਆ ਹੋਵੇ, ਤੁਸੀਂ ਸੋਨੇ ਦੇ ਭਾਂਡੇ ਵੇਖ ਕੇ ਪ੍ਰਭਾਵਿਤ ਹੋ ਜਾਓ, ਉਹਦੇ ਅੰਦਰ ਜਿਹੜਾ ਜ਼ਹਿਰ ਦਿੱਤਾ ਜਾ ਰਿਹਾ ਹੈ ਉਹ ਤੁਹਾਨੂੰ ਮਰਨ ਦੇ ਉੱਤੇ ਮਜਬੂਰ ਕਰਦੇ, ਤੁਹਾਡੇ ਸਾਹ ਦੀ ਆ ਜਿਹੜੀ ਮਾਲਾ ਚੱਲਦੀ ਉਹਨੂੰ ਰੋਕ ਦੇਵੇ। ਗੱਲ ਵਿਖਾਵੇ ਦੀ ਨਹੀਂ ਹੈ, ਗੱਲ ਬਾਹਰ ਦੀ ਨਹੀਂ ਹੈ, ਗੱਲ ਅੰਦਰ ਦੀ ਹੈ ਵੀ ਸੁਰਤ ਕਿੱਥੇ ਟਿਕੀ ਹੈ ਇਹਨਾਂ ਲੋਕਾਂ ਦੀ, ਜਿਹੜੇ ਮਾਲਾ ਨਾਲ ਜੋੜ ਰਹੇ ਨੇ, ਮਾਲਾ ਦਾ ਪ੍ਰਸ਼ਾਦ ਦੇ ਰਹੇ ਨੇ, ਦੁਮਾਲਿਆਂ ਵਾਲੇ, ਚਿੱਟਿਆਂ ਚੋਲਿਆਂ ਵਾਲੇ, ਹੁਣ ਗਿੱਟੇ ਗੋਡੇ 'ਤੇ ਬੜੀ ਲੱਗਣੀ ਹੈ। ਇਹਨਾਂ ਨੂੰ ਪਤਾ ਨਹੀਂ ਕੀ ਹੋਇਆ, ਕਦੇ ਕੋਈ ਕਿਸੇ ਡੇਰੇ 'ਤੇ ਦੇਹਧਾਰੀ ਦੇ ਉੱਤੇ ਖਲੋਤਾ ਹੁੰਦਾ ਹੈ, ਕਦੇ ਜਿਹਨੂੰ ਗੁਰੂ ਬਣਾ ਕੇ ਅੱਗੇ ਅੱਗੇ ਲਾ ਕੇ ਤੋਰਿਆ ਜਾਂਦਾ, ਉਹ ਬਿਲਕੁਲ ਖੁਸਰੇ ਦੀ ਅੱਡੀ ਅਰਗਾ ਉਹਨੇ ਮੂੰਹ ਕੱਢਿਆ ਹੁੰਦਾ ਹੈ, ਪੁੱਠੇ ਉਸਤਰੇ ਦੇ ਨਾਲ ਮੂੰਹ ਮੁੰਨਿਆ ਹੁੰਦਾ ਹੈ, ਅਤੇ ਦਮਾਲਿਆਂ ਵਾਲੇ ਉਹਦੇ ਮਗਰ ਮਗਰ ਲੱਗ ਕੇ ਉਹਦੀ ਸੁਰੱਖਿਆ ਦੇ ਉੱਤੇ ਮੈਨੂੰ ਨਜ਼ਰ ਆਉਂਦੇ ਨੇ। ਪਤਾ ਨਹੀਂ ਇਹਨਾਂ ਲੋਕਾਂ ਦੀ ਮੱਤ ਫਿਰ ਗਈ ਹੈ ਜਾਂ ਇਹਨਾਂ ਲੋਕਾਂ ਨੇ ਕਿਸੇ ਸਾਜਿਸ਼ ਦੇ ਤਹਿਤ ਕਿਸੇ ਤਾਕਤ ਦੇ ਅਸਰ ਹੇਠਾਂ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ। ਪਰ ਦੁੱਖ ਬੜਾ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜ ਕੇ ਅਤੇ ਕੂੜ ਕਬਾੜ ਗ੍ਰੰਥਾਂ ਦੇ ਨਾਲ ਸਾਨੂੰ ਜੋੜਨ ਦਾ ਕੋਝਾ ਯਤਨ ਕਿਉਂ ਕੀਤਾ ਜਾ ਰਿਹਾ ਹੈ। ਫਿਰ ਅੱਜ ਦੇ ਦੌਰ ਦੇ ਅੰਦਰ ਅਤੇ ਜਿਵੇਂ ਖੁੰਬਾਂ ਨਿਕਲਦੀਆਂ ਨਾ, ਮਨਮਤ ਦਾ ਪ੍ਰਚਾਰ ਕਰਨ ਵਾਲੇ ਬਹੁਤ ਜ਼ਿਆਦਾ ਨਿਕਲ ਪਏ। ਪਖੰਡੀ ਸਾਧਾਂ ਨੇ ਵੀ ਟੀਚਾ ਮਿਥ ਲਿਆ ਵੀ ਮਨਮਤ ਹੀ ਪ੍ਰਚਾਰ ਨਹੀਂ ਹੈ, ਅਤੇ ਮੈਂ ਵਾਰ ਵਾਰ ਹੱਥ ਜੋੜ ਕੇ ਇੱਕ ਬਿਨੈ ਕਰਦਾ ਰਿਹਾ, ਲੋਕੋ ਗੁਰਬਾਣੀ ਨੂੰ ਆਪ ਪੜ੍ਹੋ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਆਪ ਪੜ੍ਹੋ, ਬਾਣੀ ਨੂੰ ਸਮਝੋ, ਤੁਹਾਨੂੰ ਸਮਝ ਲੱਗ ਜਾਏ ਵੀ ਤੁਹਾਡੀ ਝੋਲੀ ਵਿੱਚ ਪਰੋਸਿਆ ਕੀ ਜਾ ਰਿਹਾ, ਤੁਹਾਨੂੰ ਖਾਣ ਵਾਸਤੇ ਕੀ ਦਿੱਤਾ ਜਾ ਰਿਹਾ ਹੈ, ਜ਼ਹਿਰ ਦਿੱਤਾ ਜਾ ਰਿਹਾ ਜਾਂ ਅੰਮ੍ਰਿਤ ਦਿੱਤਾ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੁਸਾਰ ਹਰ ਬੁਲਾਰੇ ਦੀ ਗੱਲ ਨੂੰ ਪਰਖ ਲਓ, ਪਰ ਪਰਖੋਗੇ ਤਾਂ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨਾ ਨਹੀਂ, ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਸੱਚ ਮੰਨ ਕੇ ਉਹਨਾਂ ਦੇ ਮਗਰ ਮਗਰ ਹੋ ਤੁਰਨਾ, ਅਤੇ ਮਨਮਤ ਨੂੰ ਦਿਨ ਭਰ ਰਾਤ ਲਗਾਤਾਰ ਤੁਸੀਂ ਬਢਾਵਾ ਦੇ ਰਹੇ ਹੋ, ਤੁਸੀਂ ਗੁਰੂ ਕੇ ਦੇਣਦਾਰ ਨਾ ਹੋ, ਜਿਹਨੇ ਸਾਡੇ ਲਈ, ਸਾਡੀ ਕੌਮ ਲਈ ਸਰਬੰਸ ਵਾਰ ਦਿੱਤਾ, ਯਾਰ ਉਹ ਇਹੋ ਜਿਹੇ ਗੁਰੂ ਤੁਹਾਨੂੰ ਕਿਧਰੇ ਮਿਲਣਾ ਹੈ। ਅਤੇ ਉਸ ਗੁਰੂ ਨੂੰ ਜੇ ਤੁਸੀਂ ਸੱਚਮੁੱਚ ਪਿਆਰ ਕਰਦੇ ਹੋ ਅਤੇ ਜੇ ਗੁਰੂ ਦੇ ਰਾਹ ਦੇ ਉੱਤੇ ਨਹੀਂ ਨਾ ਤੁਰ ਸਕਦੇ ਤਾਂ ਹੱਥ ਜੋੜ ਕੇ ਮੇਰਾ ਤੁਹਾਨੂੰ ਉਸੇ ਗੁਰੂ ਦਾ ਹੀ ਵਾਸਤਾ ਹੈ, ਉਸ ਗੁਰੂ ਦਾ ਵਿਰੋਧੀ ਧਿਰ ਬਣ ਕੇ ਨਾ ਖਲੋਵੋ। ਪ੍ਰਚਾਰਕੋ ਵਿਰੋਧੀ ਧਿਰ ਬਣ ਕੇ ਨਾ ਖਲੋਵੋ ਗੁਰੂ ਗੋਬਿੰਦ ਸਿੰਘ ਦੀ, ਵਿਰੋਧੀ ਧਿਰ ਬਣ ਕੇ ਨਾ ਖਲੋਵੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ। ਬਚ ਜਾਓ, ਲੋਕਾਂ ਨੂੰ ਵੀ ਨਾ ਖੱਡ ਦੇ ਅੰਦਰ ਧੱਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।